ਪ੍ਰੈਸ ਕਾਨਫਰੰਸ ਇਸ ਬਾਬਤ ਬੁਲਾਈ ਗਈ ਹੈ ਜੀ। ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬੀਤੇ ਦਿਨੀ 18/8 ਨੂੰ ਕੁਝ ਦਿਨ ਪਹਿਲਾਂ ਇੱਕ ਥਾਣਾ ਜੈਤੋ ਵਿਖੇ ਆਪਾਂ 117 ਨੰਬਰ ਮੁਕੱਦਮਾ ਦਰਜ ਕੀਤਾ ਹੈ, ਜਿਸ 'ਚ ਇੱਕ ਸ਼ੈਲਰ ਦੇ ਵਿੱਚੋਂ ਕੁਝ ਨਾਮ ਨੂੰ ਵਿਅਕਤੀਆਂ ਨੇ ਚੋਰੀ ਕੀਤੀ ਸੀ ਗੱਟਿਆਂ ਦੀ। ਉਹ ਉੱਦਣ ਤੋਂ ਹੀ ਆਪਣੇ SHO ਸਾਹਿਬ ਅਤੇ DSP ਸਾਹਿਬ ਲੱਗੇ ਸੀ ਅਤੇ ਉਹਨਾਂ ਨੇ ਹੁਣ ਟਰੇਸ ਕਰ ਲਈ ਹੈ ਅਤੇ ਉਹਦੇ 'ਚ ਅਸੀਂ 9 ਬੰਦੇ ਜਿਹੜੇ ਹੈਗੇ ਕਿ ਆਈਡੈਂਟੀਫਾਈ ਕੀਤੇ ਆ ਅਤੇ ਵਿੱਚੋਂ ਉਹਨਾਂ ਦੇ 5 ਬੰਦੇ ਅਸੀਂ ਫੜਦੇ ਹੈਗੇ ਆ ਅਤੇ ਜਿਹੜੇ 14 ਦੇ ਗੱਟੇ ਸੀ ਉਹ ਅਸੀਂ ਰਿਕਵਰ ਕਰ ਲਏ, ਜਿਹੜੀ ਗੱਡੀ ਆਈ ਸੀ ਉਹ ਅਸੀਂ ਰਿਕਵਰ ਕਰ ਲਈ ਹੈ। ਇਹਦੇ 'ਚ ਇਹ ਦੱਸਣਾ ਜ਼ਰੂਰੀ ਹੈਗਾ ਇਹ ਸਾਰੇ ਬੰਦੇ ਜਿਹੜੇ ਹੁਣ ਤੱਕ ਫੜੇ ਅਸੀਂ ਇਹ ਮੁਕਤਸਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਆ ਅਤੇ ਪੁੱਛਗਿੱਛ ਦੌਰਾਨ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਵੀ ਮੰਨੀਆਂ ਹੈਗੀਆਂ। ਇਹਦੇ 'ਚ ਇੱਕ ਤਾਂ ਆਪਣੀ ਪਿਛਲੇ ਸਾਲ 12ਵੇਂ ਮਹੀਨੇ ਬਾਜੇ ਖਾਨੇ ਹੀ ਦਰਜ ਪਰਚਾ ਇਹਦੇ 'ਚ ਹੈਗਾ ਪਹਿਲਾਂ, ਉੱਥੇ ਇਹਨਾਂ ਨੇ ਕੀਤੀ ਚੋਰੀ। ਫਿਰ ਬਾਕੀ ਜਲਾਲਾਬਾਦ, ਫਾਜ਼ਿਲਕਾ, ਬੋਰ ਦੀਆਂ ਵਾਰਦਾਤਾਂ ਇਹਨਾਂ ਨੇ ਉੱਥੇ ਵੀ ਕੀਤੀ ਹੈ। 2 ਵਾਰਦਾਤਾਂ ਇਹਨਾਂ ਦੇ ਪੁੱਛਗਿੱਛ 'ਚ ਆਇਆ ਕਿ ਇਹਨਾਂ ਨੇ ਮਲੋਟ ਕੀਤੀਆਂ, 2 ਵਾਰਦਾਤਾਂ ਇਹਨਾਂ ਨੇ ਗਿੱਦੜਵਾਹੀ ਕੀਤੀਆਂ ਹੈ। ਇਹ ਬੰਦੇ ਜਿਹਨੂੰ ਆਉਂਦੇ ਹੀ ਚੋਰੀ ਕਰਨ ਅਤੇ ਜਿਹੜੇ ਸਿਕਿਉਰਿਟੀ ਗਾਰਡ ਹੁੰਦੇ ਸੀ ਜੀ ਇਹ ਉਹਨਾਂ ਨੂੰ ਬੰਧਕ ਬਣਾ ਕੇ ਅਤੇ ਫਿਰ ਇਹ ਸਾਰਾ ਚੋਰੀ ਕਰਦੇ ਸੀ। ਇਹ ਇੱਕ ਬੜਾ ਵਧੀਆ ਕੰਮ ਆਪਣੇ DSP ਜੈਤੋ ਅਤੇ SHO ਜੈਤੋ ਦੀ ਟੀਮ ਨੇ ਲੱਗਿਆ, ਅੰਤ ਤੱਕ ਮਿਹਨਤ ਹੈ, ਉੱਦਣ ਦੇ ਹੀ ਲੱਗੇ ਹੋਏ ਨੇ ਅਤੇ ਤਾਂ ਜਾ ਕੇ ਫਿਰ ਆਪਾਂ ਨੂੰ ਇਹ ਕਾਮਯਾਬੀ ਮਿਲੀ ਹੈਗੀ। ਹਾਂਜੀ, ਜਿਹੜਾ ਚੋਰੀ ਕੀਤਾ ਸੀ ਇਹਨਾਂ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਮਾਲ ਸਾਰਾ ਰਿਕਵਰ ਹੋ ਗਿਆ, ਜਿਹੜਾ ਵਹੀਕਲ ਸੀ ਆਪਾਂ ਉਹ ਵੀ ਫੜ ਲਿਆ ਜੀ, ਉਹ ਵੀ ਰਿਕਵਰ ਹੋ ਗਿਆ।